ਸ਼ੰਭੂ ਬਾਰਡਰ ਖੋਲਣ ਦੇ ਮਸਲੇ ਤੇ ਪਿਛਲੇ ਦਿਨੀ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਪੰਜਾਬ ਹਰਿਆਣਾ ਤੇ ਸੈਂਟਰ ਸਰਕਾਰਾਂ ਸਮੇਤ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਰਾਹ ਖੁਲਵਾਉਣ ਦੀ ਪਹਿਲ ਕਰਨ ਤੇ ਕਿਸਾਨਾਂ ਦੇ ਅਨੁਕੂਲ ਕਮੇਟੀ ਬਣਾਈ ਜਾਵੇ। ਇਸ ਤੋਂ ਬਾਅਦ ਬੁੱਧਵਾਰ ਨੂੰ ਪਟਿਆਲਾ ਦੇ ਵਿੱਚ ਅੰਬਾਲਾ ਤੇ ਪਟਿਆਲਾ ਦੇ ਡੀਸੀ ਤੇ SSP ਨੇ ਕਿਸਾਨ ਲੀਡਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਿਨਾਂ ਟਰੈਕਟਰ ਦਿੱਲੀ ਜਾਣ ਦੀ ਅਪੀਲ ਕੀਤੀ, ਪਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਇਸ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਇਸ ਸਲਾਹ ਨੂੰ ਖਾਰਜ ਕਰਦਿਆਂ ਕਿਹਾ ਕਿ ਟਰੈਕਟਰ ਸਾਡਾ ਘਰ ਹਨ, ਜੇ ਮੀਂਹ ਪਊਗਾ, ਧੁੱਪ ਚੜ੍ਹੀ ਹੋਊਗੀ ਜਾਂ ਠੰਡ ਹੋਊਗੀ ਤਾਂ ਅਸੀਂ ਕੀ ਕਰਾਂਗੇ, ਕਿੱਥੇ ਰਹਾਂਗੇ, ਇਹੀ ਸਾਡਾ ਘਰ ਹੈ, ਇਹਨਾਂ ਦੇ ਵਿੱਚ ਹੀ ਅਸੀਂ ਰਹਿਣਾ। ਇਸ ਤੋਂ ਇਲਾਵਾ ਕਹਿੰਦੇ ਸੀ ਆਪਣਾ ਰਾਸ਼ਨ ਵੀ ਲੈ ਕੇ ਜਾਣਾ, ਉਹਨੂੰ ਕਿੱਥੇ ਰੱਖਾਂਗੇ। ਡੱਲੇਵਾਲ ਨੇ ਕਿਹਾ ਕਿ ਮੁੜ ਤੋਂ ਪ੍ਰਸ਼ਾਸਨ ਨਾਲ ਮੀਟਿੰਗ ਹੋਊਗੀ, ਛੇਤੀ ਮੀਟਿੰਗ ਹੋਊਗੀ, ਫਿਲਹਾਲ ਕੋਈ ਨਤੀਜਾ ਨਹੀਂ ਨਿਕਲਿਆ। ਯਾਨੀ ਕਿ ਸ਼ੰਭੂ ਬਾਰਡਰ ਖੋਲ੍ਹਣ ਦੇ ਮਸਲੇ 'ਤੇ ਹੋਈ ਬੈਠਕ ਬੇਨਤੀਜਾ ਰਹੀ ਹੈ। ਕਿਸਾਨ ਲੀਡਰ ਸਰਵਣ ਸਿੰਘ ਭੰਧੇਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ। ਉਹਨਾਂ ਨੇ ਕਿਹਾ ਕਿ ਅਸੀਂ ਵੀ ਇਹੀ ਮੰਗ ਰੱਖੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਰਾਹ ਖੋਲ੍ਹੋ, ਲੋਕ ਪਰੇਸ਼ਾਨ ਹੋ ਰਹੇ ਨੇ ਅਤੇ ਰਾਹ ਸਾਡੇ ਵੱਲੋਂ ਨਹੀਂ ਰੋਕੇ ਗਏ, ਇਹ ਤਾਂ ਹਰਿਆਣਾ ਪ੍ਰਸ਼ਾਸਨ ਨੇ ਰੋਕੇ ਹਨ। ਦੋਵਾਂ ਫੋਰਮਾਂ ਦਾ ਪਹਿਲੋਂ ਹੀ ਐਲਾਨ ਸੀਗਾ ਵੀ ਰਸਤਾ ਖੋਲ੍ਹਿਆ ਜਾਵੇ, ਜਿਸ ਨਾਲ ਆਮ ਜਨਤਾ ਨੂੰ, ਟਰਾਂਸਪੋਰਟਰਾਂ ਨੂੰ, ਵਪਾਰੀਆਂ ਨੂੰ, ਲੋਕਲ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ। ਸਰਕਾਰ ਨੇ ਹੀ 13 ਫਰਵਰੀ ਤੋਂ ਪਹਿਲਾਂ 6 ਫਰਵਰੀ ਦਾ ਦੁਆਰਾ ਕੱਢ ਕੇ ਨੈਸ਼ਨਲ ਹਾਈਵੇ 'ਤੇ ਇਹ ਰਸਤਾ ਰੋਕਿਆ ਹੋਇਆ ਵਾ ਅਤੇ ਆਸਥਾ ਕਰਾਂਗੇ ਵੀ ਸਰਕਾਰ ਜਲਦੀ ਤੋਂ ਜਲਦੀ ਸਾਰੇ ਬਾਰਡਰਾਂ ਦਾ ਰਾਹ ਖੋਲ੍ਹੇਗੀ। ਧੰਨਵਾਦ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦੋਵੇਂ ਸਰਕਾਰਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਰਾਹ ਖੋਲ੍ਹਣ ਦੇ ਲਈ ਹਰ ਕੋਸ਼ਿਸ਼ ਕਰਨ, ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਨਾ ਕਰਨ, ਜੇ ਸਹਿਮਤੀ ਬਣਦੀ ਹੈ ਤਾਂ ਤੁਰੰਤ ਰਾਹ ਖੋਲ੍ਹ ਦੇਣ। ਅਦਾਲਤ ਨੇ ਕਿਸਾਨਾਂ ਨਾਲ ਗੱਲ ਕਰਨ ਦੇ ਲਈ ਦੋਵੇਂ ਸੂਬਿਆਂ ਨੂੰ ਨਿਰਪੱਖ ਲੋਕਾਂ ਦੀ ਕਮੇਟੀ ਬਣਾਉਣ ਦੀ ਹਦਾਇਤ ਦਿੱਤੀ ਸੀ ਤਾਂ ਕਿ ਕਿਸਾਨਾਂ ਨੂੰ ਸਰਕਾਰ ਦੀ ਮਨਸ਼ਾ 'ਤੇ ਸ਼ੱਕ ਨਾ ਹੋਵੇ। ਇਸ ਦਰਮਿਆਨ BJP ਦੇ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ 'ਤੇ ਗੰਭੀਰ ਇਲਜ਼ਾਮ ਇੱਕ ਵਾਰੀ ਫਿਰ ਲਾਉਂਦਿਆਂ ਕਿਹਾ ਕਿ ਕੁਝ ਕਿਸਾਨ ਲੀਡਰਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ, ਜਿਸ ਦੀ ਵਜ੍ਹਾ ਕਰਕੇ ਉਹ ਧਰਨੇ 'ਤੇ ਬੈਠੇ ਨੇ। ਉਹ ਆਪਣੇ ਨਿੱਜੀ ਹਿੱਤ ਲਈ ਇਹ ਸਭ ਕੁਝ ਕਰ ਰਹੇ ਨੇ, ਜਦਕਿ ਦੇਸ਼ ਦੇ ਸਾਰੇ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਕੰਮਾਂ ਤੋਂ ਖੁਸ਼ ਨੇ। ਬਿੱਟੂ ਨੇ ਕਿਹਾ ਕਿ ਕਿਸਾਨ ਕਹਿੰਦੇ ਨੇ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ, ਪਰ ਕਹਿੰਦੇ ਰਾਹੁਲ ਗਾਂਧੀ ਨੂੰ ਤਾਂ ਉਹ 2 ਵਾਰੀ ਪਾਰਲੀਮੈਂਟ ਜਾ ਕੇ ਮਿਲੇ ਨੇ, ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਸਾਰਿਆਂ ਨੂੰ ਕਹਿੰਦੇ ਨਹੀਂ ਆਉਣ ਦਿੱਤਾ ਜਾ ਸਕਦਾ। ਸਿਰਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ MSP ਦਿੱਤੀ ਜਾਂਦੀ ਹੈ, ਜੇ ਸਾਰੀਆਂ ਫਸਲਾਂ ਤੇ MSP ਦਿੱਤੀ ਜਾਊਗੀ ਤਾਂ 1 ਲੱਖ ਕਰੋੜ ਸਰਕਾਰ ਲਿਆਊਗੀ ਕਿੱਥੋਂ। ਇਹ ਕੁਝ ਲੀਡਰ ਜੋ ਕਿਸਾਨ ਲੀਡਰ ਹੈ ਵੋ ਆਪਨੇ ਦੇਖਾ ਹੀ ਹੈ, ਪਹਿਲੇ ਤੋਂ ਉਹ ਕਹਿੰਦੇ ਥੇ ਹਮ ਕਿਸੀ ਕੇ ਸਾਥ ਨਹੀਂ ਹੈ, ਪਰ ਅਬ ਵੋ ਸਭ ਲੀਡਰਸ਼ਿਪ ਜੋ ਰਾਹੁਲ ਗਾਂਧੀ ਕੋ ਆਪ ਇੱਕ ਬਾਤ ਸੁਣੀਏ, ਮੈਂ ਇੱਕ ਸਪਸ਼ਟ ਕਹਿਣਾ ਚਾਹਤਾ ਹੂੰ। ਆਪ ਕਹਿਤੇ ਥੇ ਵੀ ਹਮੇ ਜੀ BJP ਸਰਕਾਰ ਆਗੇ ਨਹੀਂ ਆਨੇ ਦੇਤੀ, ਹਮੇ ਰੋਕ ਕੇ ਰੱਖਤੀ ਹੈ, ਯੇ ਸੰਗਠਨ ਥੇ ਜੋ ਕਿਸਾਨ ਨਹੀਂ, ਕਿਸਾਨ ਕੋ ਕਹਾਂ ਟਾਈਮ ਹੈ ਯਾਰ, ਖੇਤ ਸੇ ਵੋ ਆਪਣਾ ਟਰੈਕਟਰ ਚਲਾਤਾ ਹੈ, ਮੋਟਰ ਚਲਾਤਾ ਹੈ, ਉਸੇ ਕਾਮ ਹੈ। ਔਰ ਯੇ ਅਬ ਜਬ ਉਸੀ ਪਾਰਲੀਮੈਂਟ ਮੇਂ, ਦੇਸ਼ ਕੀ ਪਾਰਲੀਮੈਂਟ ਮੇਂ ਜਹਾਂ BJP ਕੀ ਗਵਰਨਮੈਂਟ ਹੈ ਔਰ ਪ੍ਰਾਈਮ ਮਿਨਿਸਟਰ ਬੈਠਤੇ ਔਰ ਸੈਸ਼ਨ ਚੱਲ ਰਹਾ ਥਾ, ਵਹੀ ਕਿਸਾਨ ਲੀਡਰ ਦਿੱਲੀ ਆਏ ਵੀ, ਦਿੱਲੀ ਆ ਕੇ ਵੋ ਪਾਰਲੀਮੈਂਟ ਕੇ ਅੰਦਰ ਐਂਟਰ ਵੀ ਹੋਏ, ਪਾਰਲੀਮੈਂਟ ਕੇ ਐਂਟਰ ਹੋ ਕੇ ਰਾਹੁਲ ਗਾਂਧੀ ਕੇ ਦਫ਼ਤਰ ਮੇਂ ਵੀ ਬੈਠੇ, ਕਿਸੀ ਨੇ ਰੋਕਾ ਉਨਕੋ? ਯੇ ਗਲਤ ਭਰਮ ਫੈਲਾਇਆ ਹੋਇਆ ਔਰ ਏਕ ਬਾਰ ਨਹੀਂ 2 ਵਾਰ ਵੋ ਮਿਲ ਕੇ ਗਏ ਹੈ। ਹਾਂ, ਅਗਰ ਬਿੱਟੂ ਨੇ ਵੀ ਇਲਜ਼ਾਮ ਲਾਇਆ ਕਿ ਕਿਸਾਨ ਹਾਈਵੇ ਦੇ ਪ੍ਰੋਜੈਕਟਾਂ ਨੂੰ ਲੈ ਕੇ ਬਲੈਕਮੇਲ ਕਰ ਰਹੇ ਨੇ, ਕਿਸਾਨ ਆਪਣੀਆਂ ਜ਼ਮੀਨਾਂ ਦੇਣਾ ਚਾਹੁੰਦੇ ਨੇ ਪਰ ਕਿਸਾਨ ਲੀਡਰ ਆਪਣੀ ਲੀਡਰੀ ਕਰਕੇ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।
ਬਿੱਟੂ ਦੇ ਇਹਨਾਂ ਇਲਜ਼ਾਮਾਂ ਦਾ ਕਿਸਾਨਾਂ ਨੇ ਵੀ ਤੁਰੰਤ ਜਵਾਬ ਦਿੱਤਾ। ਕਿਸਾਨ ਲੀਡਰ ਸਰਵਣ ਸਿੰਘ ਪੰਧੀਰ ਨੇ ਕਿਹਾ ਕਿ ਤੁਹਾਡੇ ਮੰਤਰੀ ਸਾਡੇ ਨਾਲ ਜਦੋਂ ਗੱਲ ਕਰਨ ਆਏ ਸੀ, ਇਹਦਾ ਮਤਲਬ ਇਹ ਹੈ ਕਿ ਉਹ ਖਾਲਿਸਤਾਨੀਆਂ ਦੇ ਨਾਲ ਗੱਲ ਕਰਨ ਆਏ ਸੀ। ਮੰਤਰੀ ਬਣਨ ਤੋਂ ਬਾਅਦ ਤੁਸੀਂ ਖੁਦ ਕਹਿੰਦੇ ਸੀ ਕਿ ਮੈਂ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ, ਕੇਂਦਰ ਸਰਕਾਰ ਦੇ ਵਿਚਾਲੇ ਪੁਲ ਦਾ ਕੰਮ ਕਰਾਂਗਾ, ਅਤੇ ਹੁਣ ਉਹ ਪੁਲ ਕਿੱਥੇ ਗਿਆ? ਤੁਸੀਂ ਕਹਿੰਦੇ ਮੁੱਦੇ ਨੂੰ ਡੀਰੇਲ ਕਰਨਾ ਚਾਹੁੰਦੇ ਹੋ, ਤੁਹਾਨੂੰ ਮੰਤਰੀ ਵੀ ਇਸੇ ਲਈ ਬਣਾਇਆ ਗਿਆ ਕਿ ਤੁਸੀਂ ਅਜਿਹੇ ਬਿਆਨ ਦਿੰਦੇ ਰਹੋ ਅਤੇ ਮਸਲੇ ਭੜਕਾਉਂਦੇ ਰਹੋ। ਕੋਈ ਨੈਸ਼ਨਲ ਹਾਈਵੇ ਹੈ, ਕੋਈ ਏਅਰਪੋਰਟ ਹੈ, ਕੋਈ ਵੀ ਟਰੈਕ ਹੈ ਰੇਲਵੇ ਕਾ, ਇੱਕ ਵੀ ਇੰਚ ਕੋਈ ਚੀਜ਼ ਬੰਨੇ ਨਹੀਂ ਦਿੱਤੇ। ਬਲੈਕਮੇਲ ਕਰ ਰਹੇ ਹਾਂ ਸਭ ਕੋ, ਜੋ ਕਿਸਾਨ ਹੈ ਉਹ ਜ਼ਮੀਨ ਦੇਣੇ ਕੋ ਤਿਆਰ ਹੈ, ਲੇਕਿਨ ਜੋ ਚੰਦ ਰੋਗਾ ਔਰ ਇਸ ਲਈ ਆਜ ਨੇ ਕੇ ਰਿਜ਼ਲਟ ਵੀ ਆ ਜਾਏਗੇ। ਅਬ ਦੇਖਣਾ ਕੈਸੇ ਦੁਬਾਰਾ ਹਮਾਰੀ ਵਹਾਂ ਵੀ ਜੀਤ ਹੋਗੀ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਵੀ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਬਿੱਟੂ ਨੂੰ ਚੈਲੰਜ ਕੀਤਾ ਕਿ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ, ਤੁਸੀਂ ਜਿਹੜੇ ਸਾਨੂੰ ਖਾਲਿਸਤਾਨੀਆਂ ਤੋਂ ਫੰਡ ਮਿਲਦੇ ਨੇ ਉਹਨਾਂ ਦੀ ਜਾਂਚ ਕਰਵਾ ਲਓ। ਲੋਕ ਸਭਾ ਦੇ ਨਤੀਜੇ ਕਹਿੰਦੇ ਇਸ ਗੱਲ ਦਾ ਸਬੂਤ ਨੇ ਕਿ ਬੀਜੇਪੀ ਤੋਂ ਕਿਸਾਨ ਨਾਰਾਜ਼ ਹਨ, ਇਸੇ ਕਰਕੇ ਐਤਕੀ ਸਰਕਾਰ ਨੂੰ ਬੈਕਫੁੱਟ 'ਤੇ ਆਉਣਾ ਪਿਆ, ਇਸੇ ਕਰਕੇ ਹੀ ਜਿਹੜਾ ਹੈਗਾ ਉਹ ਪੂਰਾ ਸਮਰਥਨ ਨਹੀਂ ਮਿਲਿਆ। ਬੀਜੇਪੀ 71 ਅਜਿਹੀਆਂ ਸੀਟਾਂ ਹਾਰੀ ਹੈ ਜਿੱਥੋਂ ਕਹਿੰਦੇ ਪੇਂਡੂ ਲੋਕਾਂ ਦੀ ਵੋਟ ਜ਼ਿਆਦਾ ਸੀ। ਡੱਲੇਵਾਲ ਨੇ ਇਲਜ਼ਾਮ ਲਾਇਆ ਕਿ ਰਵਨੀਤ ਬਿੱਟੂ ਹੀ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਮੋਦੀ ਨੂੰ ਕਾਫੀ ਰਗੜੇ ਲਾ ਕੇ ਗਏ ਸਨ, ਅਤੇ ਹੁਣ ਉਹੀ ਬਿੱਟੂ ਮੋਦੀ ਮੋਦੀ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਪਹੁੰਚੇ। ਇਸ ਦੌਰਾਨ ਉਹਨਾਂ ਨੇ ਵੱਡੇ ਕਾਰੋਬਾਰੀਆਂ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕੀਤੀ, ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਇਹਨਾਂ ਵੱਡੀਆਂ ਹਸਤੀਆਂ ਨੂੰ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ। ਸੀਐਮ ਮਾਨ ਨੇ ਮੁੰਬਈ ਦੇ ਵਿੱਚ ਸਨ ਫਾਰਮਾ ਦੇ ਸੀਈਓ ਦਮੋਦਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਤਸਵੀਰਾਂ ਆਪਣੇ ਐਕਸ ਖਾਤੇ 'ਤੇ ਸਾਂਝੀਆਂ ਕੀਤੀਆਂ। ਸਨ ਫਾਰਮਾ ਪਹਿਲਾਂ ਹੀ ਪੰਜਾਬ 'ਚ ਕੰਮ ਕਰ ਰਹੀ ਹੈ ਅਤੇ ਇਹਨਾਂ ਨੇ ਪੰਜਾਬ 'ਚ ਵਿਸਥਾਰ ਨਾਲ ਹੋਰ ਕੰਮ ਕਰਨ ਦੀ ਗੱਲ ਕੀਤੀ, ਜਿਹਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਰੁਜ਼ਗਾਰ ਮਿਲੇਗਾ, ਇਹ ਸੀਐਮ ਨੇ ਦਾਅਵਾ ਕੀਤਾ ਹੈ। ਕਹਿੰਦੇ ਸਨ ਫਾਰਮਾ ਦੇ ਸੀਈਓ ਨੇ ਪੰਜਾਬ 'ਚ ਵਪਾਰ ਕਰਨ ਦੇ ਲਈ ਸੁਖਾਵੇਂ ਮਾਹੌਲ ਦੀ ਗੱਲ ਕਹੀ ਹੈ ਅਤੇ ਪੰਜਾਬੀਆਂ ਦੀ ਜੰਮ ਕੇ ਸ਼ਲਾਘਾ ਵੀ ਕੀਤੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਆਰਪੀਜੀ ਗਰੁੱਪ ਦੇ ਵਾਈਸ ਚੇਅਰਮੈਨ ਮਿਸਟਰ ਅਨੰਤ ਗੋਇੰਕਾ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਸੀਈਏ ਟਾਇਰਜ਼ ਦਾ ਪਲਾਂਟ ਪੰਜਾਬ 'ਚ ਲਾਉਣ ਦਾ ਸੱਦਾ ਦਿੱਤਾ। ਉਸ ਤੋਂ ਬਾਅਦ ਮੁੰਬਈ ਦੇ ਵਿੱਚ ਹੀ ਮੁੱਖ ਮੰਤਰੀ ਨੇ ਸਿਫੀ ਟੈਕ ਦੇ ਚੇਅਰਮੈਨ ਦਲੀਪ ਕੌਲ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੋਹਾਲੀ ਦੇ ਆਈਟੀ ਸੈਕਟਰ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ। ਜੇਐਸਡਬਲਿਊ ਗਰੁੱਪ ਦੇ ਅਫਸਰਾਂ ਨਾਲ ਮੁਲਾਕਾਤ ਮੌਕੇ ਮੁੱਖ ਮੰਤਰੀ ਨੇ ਉਹਨਾਂ ਨੂੰ ਪੰਜਾਬ 'ਚ ਪਹਿਲਾਂ ਤੋਂ ਚੱਲ ਰਹੇ ਪਲਾਂਟ ਦਾ ਵਿਸਥਾਰ ਕਰਨ ਨੂੰ ਲੈ ਕੇ ਜਦੋਂ ਚਰਚਾ ਕੀਤੀ ਤਾਂ ਜੇਐਸਡਬਲਿਊ ਸਟੀਲ ਨੇ ਰਾਜਪੁਰਾ ਦੇ ਵਿੱਚ 1600 ਕਰੋੜ ਰੁਪਈਏ ਦੀ ਲਾਗਤ ਨਾਲ ਵਿਸਥਾਰ ਕਰਨ ਦਾ ਵਾਅਦਾ ਵੀ ਮੌਕੇ 'ਤੇ ਹੀ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਾਰਾ ਕੁਛ ਸਾਡੀ ਸਰਕਾਰ ਪੰਜਾਬ ਵਿੱਚ ਬਣਨ ਤੋਂ ਬਾਅਦ ਸ਼ੁਰੂ ਹੋਇਆ ਅਤੇ ਸਾਰਾ ਕੁਛ ਨੇਕ ਨੀਅਤ ਅਤੇ ਚੰਗੀ ਨੀਤੀ ਦਾ ਨਤੀਜਾ ਹੈ। ਸੋ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੇ ਵਿੱਚ ਨਿਵੇਸ਼ ਨੂੰ ਵਧਾਵਾ ਦੇਣ ਦੇ ਲਈ ਵਪਾਰੀਆਂ ਦੇ ਨਾਲ ਮੀਟਿੰਗ ਕਰਦੇ ਰਹੇ ਤਾਂ ਇੱਧਰ ਪੰਜਾਬ ਦੇ ਵਿੱਚ ਪਾਰਟੀ ਦੇ ਲੀਡਰਾਂ ਨੇ ਸਨਅਤਕਾਰਾਂ ਦੀ ਬਿਹਤਰੀ ਲਈ ਚੁੱਕੇ ਕਦਮਾਂ ਬਾਰੇ ਦੱਸਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਜਾਣਨ ਲਈ ਵਪਾਰੀਆਂ ਅਤੇ ਸਨਅਤਕਾਰਾਂ ਦੇ ਨਾਲ ਮਿਲਣ ਲਈ ਪ੍ਰੋਗਰਾਮ ਕੀਤੇ ਗਏ ਹਨ। ਨਵੀਂ ਪਾਲਿਸੀ ਤਹਿਤ ਵਟਸਐਪ ਅਤੇ 1260 ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਹੁਣ ਤੱਕ ਕਹਿੰਦੇ 74,447 ਕਰੋੜ ਰੁਪਈਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਪੰਜਾਬ ਦੇ 3,50,000 ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਪੰਜਾਬ ਦੇ ਵਿੱਚ OTS 3 ਸਕੀਮ ਦੇ ਨਾਲ 70,311 ਡੀਲਰਾਂ ਨੂੰ ਫਾਇਦਾ ਹੋਇਆ ਹੈ ਅਤੇ ਸਰਕਾਰ ਨੂੰ ਇਸ ਸਾਲ 164,35,00,000 ਰੁਪਈਏ ਹਾਸਲ ਹੋਏ ਨੇ। ਅੱਜ ਪੰਜਾਬ ਦੇ ਵਿੱਚ 74,447 ਕਰੋੜ ਰੁਪਈਏ ਦਾ ਨਿਵੇਸ਼ ਜਿਹੜਾ ਉਹ ਪੰਜਾਬ ਦੇ ਵਿੱਚ ਆਇਆ, ਜਿਸ ਦੇ ਨਾਲ ਤਕਰੀਬਨ 3,50,000 ਜਿਹੜੇ ਨੌਜਵਾਨ ਨੇ ਸਾਡੇ ਸੂਬੇ ਦੇ ਉਹਨਾਂ ਨੂੰ ਰੁਜ਼ਗਾਰ ਮਿਲੇ। ਅੱਜ ਵੀ ਤੁਸੀਂ ਸਾਰੇ ਜਾਣਦੇ ਹੋ ਮਾਨ ਸਾਹਿਬ ਮੁੰਬਈ ਦੇ ਵਿੱਚ ਨੇ
ਉਹ ਲਗਾਤਾਰ ਸੰਗਤਕਾਰਾਂ ਨੂੰ ਮਿਲ ਰਹੇ ਹੈ, ਕਈਆਂ ਮੀਟਿੰਗਾਂ ਹੋ ਚੁੱਕੀਆਂ ਨੇ, ਕੁਛ ਮੀਟਿੰਗਾਂ ਹੋਣਗੀਆਂ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਿਵੇਸ਼ ਆਵੇ, ਪੰਜਾਬ ਦਾ ਜਿਹੜਾ ਬਿਜ਼ਨਸ ਆ ਉਹ ਵਧੇ ਫੁੱਲੇ, ਔਰ ਪੰਜਾਬ ਦੇ ਵਿੱਚ ਰੁਜ਼ਗਾਰ ਪੈਦਾ ਹੋਣ, ਔਰ ਜਿਹੜਾ ਸਾਡਾ ਸੁਪਨਾ ਹੈ ਰੰਗਲੇ ਪੰਜਾਬ ਦਾ ਉਹ ਪੂਰਾ ਹੋ ਸਕੇ। ਬੁੱਧਵਾਰ ਨੂੰ ਹੀ ਆਮ ਆਦਮੀ ਪਾਰਟੀ ਦੇ 4 ਵੱਡੇ ਲੀਡਰਾਂ, ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਲਾਲਚੰਦ ਕਟਾਰੂ ਚੱਕ ਅਤੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ 'ਚੋਂ ਸ਼ਾਮਿਲ ਹੋਏ ਲੀਡਰ ਪਵਨ ਕੁਮਾਰ ਟੀਨੂ ਨੇ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਤੇ ਸੰਵਿਧਾਨ ਵਿੱਚੋਂ ਰਾਖਵਾਂਕਰਨ ਖਤਮ ਕਰਨ ਦਾ ਦੋਸ਼ ਲਾਇਆ। ਖਜ਼ਾਨਾ ਮੰਤਰੀ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਸੰਘ ਚਲਾਉਂਦਾ ਹੈ ਤੇ ਭਾਜਪਾ ਦੀ ਵੱਡੀ ਜਮਾਤ ਆਰਐਸਐਸ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਵਾਂਕਰਨ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੇ ਤਹਿਤ ਬੀਜੇਪੀ ਪਿਛਲੇ 10 ਸਾਲਾਂ ਤੋਂ ਲਗਾਤਾਰ ਹੌਲੀ ਹੌਲੀ ਦੇਸ਼ ਦੀਆਂ ਸੰਸਥਾਵਾਂ ਨੂੰ ਖਤਮ ਕਰਨ ਦੇ ਵਿੱਚ ਵੀ ਲੱਗੀ ਹੋਈ ਹੈ। ਪਿਛਲੇ ਸਮੇਂ ਦੇ ਵਿੱਚ ਕਹਿੰਦੇ 23 ਵੱਡੀਆਂ ਕੰਪਨੀਆਂ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ, ਸਾਰੀਆਂ ਕੰਪਨੀਆਂ ਦਾ ਨਿੱਜੀਕਰਨ ਸਿਰਫ ਰਾਖਵਾਂਕਰਨ ਖਤਮ ਕਰਨ ਲਈ ਕੀਤਾ ਗਿਆ ਹੈ। ਬੀਜੇਪੀ ਸਰਕਾਰ ਗਰੀਬ ਐਸਸੀ ਬੱਚਿਆਂ ਨੂੰ ਰਾਖਵੇਂਕਰਨ ਤੋਂ ਦੂਰ ਕਰਨਾ ਚਾਹੁੰਦੀ ਹੈ। ਪਾਰਟੀ ਜਦੋਂ ਦੀ ਸੱਤਾ ਚ ਆਈ ਆ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰਦਾ ਹੈ? ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਕੀ ਆ? ਭਾਰਤੀ ਜਨਤਾ ਪਾਰਟੀ ਆਈਡੀਓਲੋਜੀ ਜਿਹੜੀ ਆ ਸਾਰਾ ਜਾਣਦਾ ਕਿ ਉਹਨੂੰ ਸੰਘ ਚਲਾਉਂਦਾ, ਉਹਨੂੰ ਆਰ ਐਸ ਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਚਲਾ ਰਹੀ ਹੈ, ਔਰ ਆਰ ਐਸ ਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰੋਂ ਰਿਜ਼ਰਵੇਸ਼ਨ ਖਤਮ ਹੋਵੇ, ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸਦੀਆਂ ਤੋਂ ਲਤਾੜੇ ਹੋਏ ਨੇਗੇ, ਜੋ ਸਦੀਆਂ ਤੋਂ ਪਛਾੜੇ ਹੋਏ ਨੇਗੇ, ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖਤਮ ਕੀਤੀ ਜਾਵੇ, ਕੋਈ ਨਾ ਕੋਈ ਢੰਗ ਤਰੀਕਾ ਲੱਭਿਆ ਜਾਵੇ। ਇਹ ਭਾਰਤੀ ਜਨਤਾ ਪਾਰਟੀ ਜਿਹੜੀ ਵੱਡੀ ਜਮਾਤ ਆ ਜਿਹੜੀ ਉਹ ਗਾਇਨ ਕਰਦੀ ਆ ਭਾਰਤੀ ਜਨਤਾ ਪਾਰਟੀ ਦੀ, ਜਿਹੜਾ ਥਿੰਕ ਟੈਂਕ ਆਰ ਐਸ ਐਸ ਭਾਰਤੀ ਜਨਤਾ ਪਾਰਟੀ ਦਾ, ਉਹਦੀ ਇਹ ਸੋਚ ਆ ਪੂਰਾ ਦੇਸ਼ ਜਾਣਦਾ, ਦੇਸ਼ ਦੇ ਲੋਕ ਜਾਣਦੇ। ਲੇਟਰਲ ਐਂਟਰੀ ਬਾਰੇ ਚੀਮਾ ਨੇ ਕਿਹਾ ਕਿ ਸਰਕਾਰ ਨੇ ਤਾਂ ਇੱਥੇ ਹੱਦ ਹੀ ਕਰ ਦਿੱਤੀ। ਭਾਜਪਾ ਇੱਕ ਪਾਲਿਸੀ ਬਣਾ ਕੇ ਵੱਡੇ ਅਹੁਦਿਆਂ ਤੋਂ ਦਲਿਤਾਂ ਨੂੰ ਦੂਰ ਕਰਨਾ ਚਾਹੁੰਦੀ ਹੈ। 63 ਪੋਸਟਾਂ ਤਾਂ ਭਰ ਦਿੱਤੀਆਂ ਤੇ ਭਰ ਕੇ ਭਾਜਪਾ ਨੇ ਦੱਸ ਦਿੱਤਾ ਕਿ ਉਹ ਦਲਿਤ ਵਿਰੋਧੀ ਹੈ। 45 ਪੋਸਟਾਂ ਦੇ ਇਸ਼ਤਿਹਾਰ ਜਾਰੀ ਕੀਤੇ ਗਏ, ਪਰ 4 ਸੂਬਿਆਂ ਵਿੱਚ ਚੋਣਾਂ ਦੇ ਵਿਰੋਧ ਤੋਂ ਡਰਦਿਆਂ ਉਹਨਾਂ ਨੇ ਆਰਜ਼ੀ ਤੌਰ ਤੇ ਕਹਿੰਦੇ ਨੋਟੀਫਿਕੇਸ਼ਨ ਵਾਪਸ ਲਿਆ, ਫਿਰ ਲੈ ਕੇ ਆਉਣਗੇ। ਆਮ ਆਦਮੀ ਪਾਰਟੀ ਕਹਿੰਦੇ ਲੇਟਰਲ ਐਂਟਰੀ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਦੀ ਮੰਗ ਕਰਦੀ ਹੈ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜੇ ਬੀਜੇਪੀ 300 ਸੀਟਾਂ ਲੈ ਵੀ ਜਾਂਦੀ ਤਾਂ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਣੀ ਸੀ। ਹੁਣ ਸਿਰਫ 4 ਸੂਬਿਆਂ ਦੀਆਂ ਚੋਣਾਂ ਨੂੰ ਦੇਖਦੇ ਹੋਏ ਇਹਨਾਂ ਨੇ ਫੈਸਲਾ ਵਾਪਸ ਲਿਆ। ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ, ਮੈਂ ਇਹ ਦਾਅਵੇ ਨਾਲ ਕਹਿੰਦਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀਗੀ। ਇਹ ਤੇ ਸਲਾਮ ਆ ਭਾਰਤ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ 240 ਤੱਕ ਹੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਦੇ ਵਿੱਚ ਸਫਲ ਨਹੀਂ ਹੋ ਸਕੇ। ਅੱਜ ਵੀ ਵੱਖ ਵੱਖ ਤਰੀਕਿਆਂ ਦੇ ਨਾਲ ਵੱਖ ਵੱਖ ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਆਰਐਸਐਸ ਦੀ ਵਿਚਾਰਧਾਰਾ ਦਲਿਤਾਂ ਦੇ ਨਾਲ ਨਾਲ ਔਰਤ ਵਿਰੋਧੀ ਵੀ ਹੈ। ਭਾਜਪਾ ਸੂਬਿਆਂ ਦੇ ਵਿੱਚ ਜਦੋਂ ਔਰਤਾਂ ਤੇ ਦਲਿਤਾਂ ਨਾਲ ਕੋਈ ਘਟਨਾ ਵਾਪਰਦੀ ਹੈ ਉਸ ਵਕਤ ਕੁਛ ਨਹੀਂ ਕਰਦੇ, ਇਨਸਾਫ਼ ਨਹੀਂ ਦਿੰਦੇ। ਪਵਨ ਕੁਮਾਰ ਟੀਨੂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦਲਿਤਾਂ ਨੂੰ ਬਣਦੀਆਂ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਸਗੋਂ ਵੱਖੋ ਵੱਖਰੇ ਤਰੀਕੇ ਅਪਣਾ ਕੇ ਰਾਖਵਾਂਕਰਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਜਪਾ ਤੇ ਆਰਐਸਐਸ ਪਿਛੜੇ ਵਰਗ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ। ਹਿਮਾਚਲ ਦੇ ਮੰਡੀ ਤੋਂ ਐਮਪੀ ਤੇ ਅਦਾਕਾਰਾ ਕੰਗਣਾ ਰਣੌਤ ਦੇ ਵੱਲੋਂ ਥੋੜੇ ਦਿਨਾਂ ਤੱਕ ਰਿਲੀਜ਼ ਕੀਤੀ ਜਾਣ ਵਾਲੀ ਐਮਰਜੈਂਸੀ ਫਿਲਮ ਦਾ ਵਿਰੋਧ ਲਗਾਤਾਰ ਚੱਲਣ ਲੱਗਿਆ ਹੈ। ਬਠਿੰਡਾ ਤੋਂ ਐਮਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਵੀ ਹਰਿਮੰਦਰ ਸਾਹਿਬ ਮੱਥਾ ਟੇਕਣ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਮੁੱਦਾ ਛੇੜਿਆ ਅਤੇ ਕਿਹਾ ਕਿ ਕੰਗਣਾ ਹਮੇਸ਼ਾ ਹੀ ਵਿਵਾਦਿਤ ਗੱਲਾਂ ਕਰਦੀ ਹੈ। ਮੋਦੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਹਰਸਿਮਰਤ ਨੇ ਕਿਹਾ ਕਿ ਜੇ ਇਸ ਫਿਲਮ ਦੇ ਵਿੱਚ ਸਿੱਖਾਂ ਖਿਲਾਫ਼ ਕੁਛ ਦਿਖਾਇਆ ਗਿਆ ਤਾਂ ਇਹਦਾ ਸਿੱਧਾ ਮਤਲਬ ਇਹੀ ਨਿਕਲਦਾ ਕਿ ਬੀਜੇਪੀ ਅਤੇ ਪ੍ਰਧਾਨ ਮੰਤਰੀ ਖੁਦ ਇਸ 'ਤੇ ਮੋਹਰ ਲਾ ਰਹੇ ਨੇ।
ਹਰਸਿਮਰਤ ਬਾਦਲ ਨੇ ਕਿਹਾ ਕਿ ਐਮਰਜੈਂਸੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ। ਜਦੋਂ ਤੱਕ ਐਮਰਜੈਂਸੀ ਲਾਗੂ ਰਹੀ ਉਦੋਂ ਤੱਕ ਅਕਾਲੀ ਦਲ ਦੇ ਲੀਡਰ ਗ੍ਰਿਫਤਾਰੀਆਂ ਦਿੰਦੇ ਰਹੇ ਅਤੇ ਸਭ ਤੋਂ ਵੱਡੀ ਲੜਾਈ ਲੜਦੇ ਰਹੇ। ਨਹੀਂ ਹੈ, ਲੇਕਿਨ ਇਹ ਜ਼ਰੂਰ ਕਹਿ ਸਕਦੀ ਹਾਂ ਕਿ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ, ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾਂ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ, ਅਤੇ ਜਿੰਨੇ ਵੀ ਦਿਨ ਸੇ 11-11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਈਂ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਸਭ ਤੋਂ ਵੱਡੀ ਲੜਾਈ ਲੜੀ। ਅਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਛ ਸਹੀ ਨਹੀਂ ਦਿਖਾਇਆ ਗਿਆ, ਤਾਂ ਮੈਂ ਤਾਂ ਇਹੀ ਕਹਿ ਸਕਦੀ ਹਾਂ ਜਿਸ ਪਿਕਚਰ 'ਚ ਇਹੋ ਜਿਹੀ ਜਿਸ ਐਕਟਰੈਸ ਦਾ ਤੁਸੀਂ ਨਾਂ ਲਿੱਤਾ ਹੈ ਇਹਨਾਂ ਬੀਬੀ ਦੀ ਤਾਂ ਇਤਿਹਾਸ ਹੀ ਹੈਗਾ। ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ 'ਚ ਸਾਡੀ ਮਾਤਾਵਾਂ ਦੀ ਗੱਲ ਹੋਏ, ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ, ਜਾਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ, ਮੈਂ ਤਾਂ ਇਹੀ ਕਹਿ ਸਕਦੀ ਹਾਂ ਕਿ ਉਹਨੂੰ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ, ਅਤੇ ਜੇ ਕੁਛ ਇਹੋ ਜਿਹਾ ਗਲਤ ਸਿੱਖਾਂ ਦੇ ਖਿਲਾਫ਼ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਅਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ। ਮੈਂ ਤਾਂ ਹਰਸਿਮਰਤ ਕੌਰ ਬਾਦਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ। ਸਭ ਦਾ ਸਾਥ ਨਾਅਰੇ ਤੋਂ ਬਾਅਦ ਵੀ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ ਕੀਤਾ ਜਾ ਰਿਹਾ? ਕਹਿੰਦੇ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਇਹ ਫਿਲਮ ਪਹਿਲਾਂ SGPC ਨੂੰ ਦਿਖਾਉਣੀ ਚਾਹੀਦੀ ਸੀ। ਇਸ ਮੁੱਦੇ ਦਾ ਸਭ ਤੋਂ ਪਹਿਲਾਂ ਫਰੀਦਕੋਟ ਤੋਂ ਆਜ਼ਾਦ MP ਸਰਬਜੀਤ ਸਿੰਘ ਨੇ ਵਿਰੋਧ ਕਰਦਿਆਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ। BJP ਦੇ ਲੀਡਰ ਹਰਜੀਤ ਗਰੇਵਾਲ ਨੇ ਵੀ ਫਿਲਮ ਐਮਰਜੈਂਸੀ ਖਿਲਾਫ਼ ਬਿਆਨ ਦਿੰਦਿਆਂ ਕਿਹਾ ਸੀ ਕਿ ਫਿਲਮ ਬਣਾਉਣ ਵਾਲੇ ਨੂੰ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।